ਸਾਲ ਦੇ ਮੁਖੀਏ ਹੋਣ ਦਾ ਰੁਤਬਾ ਪਾਇਆ ਇਸ ਟਕਸਾਲ ਦੇ ਮੁਖੀਏ ਹੋਣ ਦਾ ਰੁਤਬਾ ਪਾਇਆ ਲੋੜ ਪਾਈ ਸਿਰ ਵਾਰਨ ਦੀ ਜੇਕਰ ਧਰਮ ਦੀ ਖਾਤਰ ਲੋੜ ਪਾਈ ਸਿਰ ਵਾਰਨ ਦੀ ਸੂਰੇ ਰਣ ਵਿੱਚ ਨਿਤਰੇ ਪੈਰ ਨਾ ਪਿੱਛੇ ਹਟਾਇਆ ਸੂਰੇ ਰਣ ਵਿੱਚ ਨਿਤਰੇ ਪੈਰ ਨਾ ਪਿੱਛੇ ਹਟਾਇਆ ਵਿਦਿਆ ਦੇ ਪਿੰਡ ਨਗਰ ਦਾ ਨਾਮ ਜਗ ਰੁਸ਼ਨਾਇਆ ਪਿੰਡ ਨਗਰ ਦਾ ਨਾਮ ਜਗ ਰੁਸ਼ਨਾਇਆ ਪਵਿੱਤਰ ਸੀ ਸਿਮਰਨ ਕਰਕੇ ਹੋ ਗਏ ਖਾਲਸੇ ਤੇ ਪਵਿੱਤਰ ਸੀ ਖਾਲਸਾ ਨਾਉਂ ਸੰਤ ਗੁਰ ਬਚਨ ਸਿੰਘ ਚਮਕਾਇਆ ਖਾਲਸਾ ਨਾਉਂ ਸੰਤ ਗੁਰ ਬਚਨ ਸਿੰਘ ਚਮਕਾਇਆ
ਨਸ਼ਿਆਂ ਤੋਂ ਸੰਤ ਕਰਤਾਰ ਸਿੰਘ ਜੀ ਰੋਗ ਝੂਠਿਆਂ ਨਸ਼ਿਆਂ ਤੋਂ ਫੁੱਲੇ ਪਟਕਿਆਂ ਨੂੰ ਗੁਰ ਚਰਨਾਂ ਨਾਲ ਲਾਇਆ ਫੁੱਲੇ ਪਟਕਿਆਂ ਨੂੰ ਗੁਰ ਚਰਨਾਂ ਨਾਲ ਲਾਇਆ ਬਣ ਪਰਵਾਨੇ ਮਰਨਾ ਏ ਮਰਨਾ ਏ ਮਰਨਾ ਏ ਸੰਤ ਜਰਨੈਲ ਸਿੰਘ ਜੀ ਡੰਕਾ ਏ ਖੜਕਾਇਆ ਹਜ਼ਾਰੋਂ ਸਾਲ ਨਰਗਿਸ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਢੇਰ ਸੁਖੱਲੀਆਂ ਨੇ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਜਿੰਨਾ ਕੌਮ ਦੀ ਜਿੰਨਾ ਪੰਥ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਅਣਖ ਲਈ ਤੇ ਬਣ ਪਰਵਾਨੇ ਮਰਨਾ ਏ ਸੰਤ ਜਰਨੈਲ ਸਿੰਘ ਜੀ ਡੰਕਾ ਹੈ ਖੜਕਾਇਆ ਸੰਤ ਜਰਨੈਲ ਸਿੰਘ ਜੀ ਡੰਕਾ ਹੈ ਖੜਕਾਇਆ ਪੂਰੀ ਦੁਨੀਆਂ ਵਿੱਚ ਟਕਸਾਲ ਦਾ ਮਾਣ ਵਧਾਇਆ ਜਿਨ੍ਹਾਂ ਨਾ ਵਿਸਰੇ ਨਾ ਜਿਨ੍ਹਾਂ ਨਾ ਵਿਸਰੇ ਨਾ ਸੇਕ ਨੇ ਗਿਆ ਬਾਬਾ ਠਾਕੁਰ ਸਿੰਘ ਜੀ ਕਰਕੇ ਸੇਵਾ ਸਿਮਰਨ ਨੂੰ ਪੂਰੀ ਦੁਨੀਆਂ ਵਿੱਚ ਟਕਸਾਲ ਦਾ ਮਾਣ ਵਧਾਇਆ ਪੂਰੀ ਦੁਨੀਆਂ
ਦੁਨੀਆ ਵਿੱਚ ਟਕਸਾਲ ਦਾ ਮਾਣ ਵਧਾਇਆ। ਹੱਥ ਮਾਲਾ ਦੂਜੇ ਖੰਡਾ ਹੈ ਖੜਕਾਇਆ, ਇੱਕ ਹੱਥ ਮਾਲਾ ਦੂਜੇ ਖੰਡਾ ਹੈ ਖੜਕਾਇਆ, ਇੱਕ ਹੱਥ ਮਾਲਾ ਦੂਜੇ ਖੰਡਾ ਹੈ ਖੜਕਾਇਆ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਮਹਾਨ ਮਿਹਰਾਂ ਦੇ ਮਾਲਕ, ਬਖਸ਼ਿਸ਼ਾਂ ਦੇ ਭੰਡਾਰ, ਬਰਕਤਾਂ ਦੇ ਖਜ਼ਾਨੇ ਸਤਿਗੁਰੂ, ਗੁਰਗੱਦੀ 'ਤੇ ਸੁਭਾਈਮਾਨ ਸਾਹਿਬ ਕਮਾਲ ਕਮਾਲੇ ਕਰਾਮਾਤ ਕਾਇਮ ਰਹੀਮ ਸਤਿਗੁਰੂ ਜੀ, ਬਖਸ਼ਿਸ਼ਾਂ ਦੇ ਭੰਡਾਰ ਬਰਕਤਾਂ ਦੇ ਖਜ਼ਾਨੇ ਚਵਰ ਛਤਰ ਤਖਤ ਸਿੰਘਾਸਨ ਕੇ ਮਾਲਕ, ਹਜ਼ੂਰੇ ਅਨਵਰ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਸ਼ਹਿਨਸ਼ਾਹ ਦੋ ਆਲਮ ਸਰਕਾਰ ਕੁੱਲ ਆਲਮ ਸਤਿਗੁਰੂ ਜਹਾਂ ਪਨਾਹ ਸਤਿਗੁਰੂ, ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀਨਾਨਾਥ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਮਹਾਨ ਸਲਾਨਾ ਗੁਰਮਤਿ ਸਮਾਗਮ ਦੇ ਚੱਲ ਰਹੇ ਲੜੀਵਾਰ ਦੀਵਾਨਾਂ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਜੁੜ ਮਿਲ ਬੈਠੇ ਗੁਰੂ ਰੂਪ, ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀਆਂ ਦੇ ਸਤਿਕਾਰ ਵਿੱਚ ਦੋਵੇਂ ਹੱਥ ਜੋੜ ਕੇ ਸੀਸ ਝੁਕਾਓ, ਫਤਿਹ ਬੁਲਾਓ, ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਬੁਲਾਵੇ ਕਿ ਤਿਉਂ ਬੋਲੇ ਹੈ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰਾਂ ਨੇ ਮਹਾਨ ਮਿਹਰਾਮਤ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਆਦਿ ਨਿਰੰਜਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਸਤਿਗੁਰੂ ਜੀਆਂ ਦਾ 550 ਸਾਲਾ ਪ੍ਰਕਾਸ਼ ਪੁਰਬ, ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਪਰ ਬਿਰਾਜਮਾਨ ਹੋਣਾ, ਹਜ਼ੂਰ ਸਾਹਿਬ ਉਹ ਪਾਵਨ ਪਵਿੱਤਰ ਮਹਾਨ ਗੁਰਪੁਰਬ ਅਤੇ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖੋਂ ਨਾ ਮਹਾਂਪੁਰਖਾਂ ਦੀ ਯਾਦ, ਸਮੂਹ ਮਹਾਂਪੁਰਸ਼ਾਂ ਦੀ ਯਾਦ ਵਿੱਚ ਇਹ ਮਹਾਨ ਪਵਿੱਤਰ ਗੁਰਪੁਰਬਾਂ ਨੂੰ, ਪਾਵਨ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਲਾਨਾ ਇਹ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਪ੍ਰਬੰਧਕ ਜਨਾਂ ਦੇ ਉੱਦਮ ਦੇ ਸਦਕਾ ਅਤੇ ਆਪ ਸੰਗਤ ਦੇ ਸਹਿਯੋਗ ਦੇ ਸਦਕਾ ਉਲੀਕੇ ਗਏ ਔਰ ਕਰਵਾਏ ਜਾ ਰਹੇ ਨੇ। ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ, ਆਪ ਜਿੱਥੇ ਤਨ ਮਨ ਧਨ ਕਰਕੇ ਹਾਜ਼ਰੀਆਂ ਭਰ ਰਹੇ ਹੋ, ਉੱਥੇ ਜਿਹੜੀਆਂ ਸੰਗਤਾਂ ਨਹੀਂ ਇੱਥੇ ਦੀਵਾਨਾਂ ਤੱਕ ਪਹੁੰਚ ਸਕੀਆਂ, ਘਰਾਂ ਵਿੱਚ ਬੈਠ ਕੇ ਵੀ ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਨੇ, ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਜਿੱਥੇ ਜਿੱਥੇ ਵੀ ਕੋਈ ਬੈਠ ਕੇ ਸ਼ਰਧਾ ਭਾਵਨਾ ਨਾਲ ਪਾਤਸ਼ਾਹ ਜੀ ਦੇ ਪਿਆਰ ਵਿੱਚ ਜੁੜਿਆ ਬੈਠਾ ਹੈ, ਸਤਿਗੁਰੂ ਹਰੇਕ ਦੀ ਮਨ ਦੀ ਜਿਹੜੀ ਭਾਵਨਾ ਹੈ ਗੁਰਮਤਿ ਅਨੁਸਾਰ ਪੂਰੀ ਕਰਨ, ਹਾਜ਼ਰੀਆਂ ਦਰ ਪ੍ਰਵਾਨ ਕਰਨ। ਇਤਿਹਾਸ ਦੀਆਂ ਦੋ ਵਾਰਾਂ ਆਪ ਸੰਗਤ ਦੇ ਸਨਮੁਖ ਬਿਨੈ ਕਰਨੀਆਂ ਨੇ, ਦਮਦਮੇ ਟਕਸਾਲ ਦੇ ਮਹਾਨ ਮਹਾਂਪੁਰਖਾਂ ਦੇ ਚਰਨਾਂ 'ਤੇ ਨਮਸਕਾਰ ਕਰਦੀ ਕੋਈ ਢਾਡੀ ਵਾਰ ਬੰਦਨਾ ਜਥੇ ਨੇ ਆਪ ਜੀ ਦੇ ਸਨਮੁਖ ਅਰਜ਼ ਕੀਤੀ ਹੈ। ਸਨਮਾਨਯੋਗ ਵਿਦਿਆ ਮਾਰਤੰਡ ਬ੍ਰਹਮ ਗਿਆਨੀ ਮਹਾਂਪੁਰਸ਼ ਸ਼੍ਰੀ ਮਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸ਼੍ਰੀ ਮਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਤਕਰੀਬਨ 1300 ਵਿਦਿਆਰਥੀ ਤਿਆਰ ਕਰਕੇ ਕੌਮ ਨੂੰ ਦਿੱਤਾ, ਜਿਨ੍ਹਾਂ ਨੂੰ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦੀ ਕਥਾ, ਸ਼ਬਦ ਵਿਚਾਰ ਅਤੇ ਮਹਾਨ ਉਹਨਾਂ ਨੂੰ ਵਿਦਵਾਨ ਬਣਾ ਕੇ 1300 ਵਿਦਿਆਰਥੀ ਉਹਨਾਂ ਮਹਾਂਪੁਰਸ਼ਾਂ ਨੇ ਕੌਮ ਦੀ ਝੋਲੀ ਵਿੱਚ ਪਾਇਆ, ਸਾਰਾ ਕੀ ਜੀਵਨ ਉਹਨਾਂ ਨੇ ਸਾਰਾ ਕੀ ਜੀਵਨ ਗੁਰੂ ਪੰਥ ਦੇ ਲੇਖੇ ਲਾਇਆ, ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰਬਾਣੀ ਦਾ ਵਾਸ ਹੋਇਆ ਅਤੇ ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵਾ ਵਾਲੀ ਅਵਸਥਾ ਜਿਨ੍ਹਾਂ ਮਹਾਂਪੁਰਖਾਂ ਦੀ ਬਣੀ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਸ਼੍ਰੀ ਮਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਿਨ ਰਾਤ ਇੱਕ ਕਰਕੇ ਕਮਰ ਕੱਸਾ ਕਰਕੇ
ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ, ਗੁਰਬਾਣੀ ਦੀ ਕਥਾ ਕੀਤੀ, ਕਦੇ ਅੱਕਿਆ ਥੱਕਿਆ ਨਹੀਂ ਸਨ ਕਰਦੇ, ਅੰਮ੍ਰਿਤ ਸੰਚਾਰ ਉਹਨਾਂ ਨੇ ਲੜੀ ਵਾਰ ਕਰਵਾਏ। ਜਿੰਨੀ ਜਿੰਨੀ ਕਥਾ ਉਹ ਰੋਜ਼ ਇੱਕ ਇੱਕ ਦਿਨ ਵਿੱਚ ਜ਼ਿਆਦੀਆਂ ਜਿੰਨੀਆਂ ਕਥਾ ਕਰਿਆ ਕਰਦੇ ਸਨ, ਉਹਨੇ ਉਹ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਿਆ ਕਰਦੇ ਸਨ, ਉਹਨਾਂ ਹੀ ਚੜ੍ਹਦੀ ਕਲਾ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਿਆ ਕਰਦੇ ਸਨ। ਆਮ ਤੌਰ 'ਤੇ ਹੁੰਦਾ ਕੀ ਹੈ ਵੀ ਜਿਵੇਂ ਜਿਵੇਂ ਬੰਦਾ ਬੋਲਦਾ ਹੈ, ਜਿਵੇਂ ਜਿਵੇਂ ਕੋਈ ਕੰਮ ਕਰਦਾ ਹੈ, ਥੱਕਦਾ ਜਾਂਦਾ ਹੈ। ਪਰ ਮਹਾਂਪੁਰਸ਼ਾਂ ਦਾ ਕਿੰਨਾ ਕੁ ਪਿਆਰ ਗੁਰਬਾਣੀ ਦੇ ਨਾਲ, ਗੁਰੂ ਪੰਥ ਦੇ ਨਾਲ ਹੋਏਗਾ ਕਿ ਜਿੰਨੀ ਜਿੰਨੀ ਉਹ ਸ਼ਬਦ ਦੀ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਉਂਦੇ ਸਨ, ਉਹਨਾਂ ਦੇ ਪੰਥ ਦੇ ਪ੍ਰਤੀ, ਗੁਰੂ ਦੀ ਬਾਣੀ ਦੇ ਪ੍ਰਤੀ ਚਾਓ ਵੱਧਦਾ ਜਾਂਦਾ ਸੀ। ਜਿੰਨੀਆਂ ਕਥਾ ਇੱਕ ਇੱਕ ਦਿਨ ਵਿੱਚ ਕਰਦੇ ਸੀ, ਉਹਨਾਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਮਹਿਸੂਸ ਕਰਦੇ ਸੀ ਅਤੇ ਹਰੇਕ ਸਿੰਘ ਨੂੰ ਕਿਹਾ ਕਰਦੇ ਸਨ, ਸਿੰਘੋ ਸਰੀਰ ਦਾ ਨਹੀਂ ਪਤਾ, ਜਿੰਨੀ ਪੰਥ ਦੀ ਸੇਵਾ ਹੋ ਸਕੇ ਉਨੀ ਕਰਨੀ ਚਾਹੁੰਦੇ ਹਾਂ, ਰੱਜ ਰੱਜ ਕੇ ਧੁਰ ਕੇ ਬਾਣੀ ਦੀ ਕਥਾ ਸੰਗਤ ਨੂੰ ਸਰਵਣ ਕਰਵਾਉਣੀ ਚਾਹੁੰਦੇ ਹਾਂ। ਮੇਰੀ ਦਿਲੀ ਤਮੰਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਲਾ ਹਰ ਇੱਕ ਜਿਹੜਾ ਸਿੱਖ ਹੈ, ਅੰਮ੍ਰਿਤਧਾਰੀ ਹੋਵੇ, ਨਿਤਨੇਮੀ ਹੋਵੇ, ਰੇਤਾਂ ਵਿੱਚ ਪੱਕਾ ਹੋਵੇ, ਨਸ਼ਿਆਂ ਤੋਂ ਬਚਿਆ ਹੋਵੇ ਅਤੇ ਉਹ ਚੰਗਾ ਸੁਚੱਜਾ ਜੀਵਨ ਬਤੀਤ ਕਰਦਾ ਹੋਵੇ, ਉਹਨਾਂ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਗੁਰਮਤ ਦੀ, ਬ੍ਰਹਮ ਗਿਆਨ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿੱਦਿਆ ਤੇ ਉਹਨਾਂ ਨੇ ਹਾਸਲ ਕੀਤੀ, ਦੁਨਿਆਵੀ ਵਿੱਦਿਆ ਵੀ ਉਹਨਾਂ ਨੇ ਬਹੁਤ ਹਾਸਲ ਕੀਤੀ, ਜਿੱਥੇ ਉਹਨਾਂ ਨੇ ਆਪਣੇ ਨਗਰ ਦੇ ਸਕੂਲ ਦੇ ਵਿੱਚੋਂ 9ਵੀਂ 10ਵੀਂ ਤੱਕ ਪੜ੍ਹਾਈ, ਐਜੂਕੇਸ਼ਨ ਉਹਨਾਂ ਨੇ ਪ੍ਰਾਪਤ ਕੀਤੀ। ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਖਾਲਸਾ ਕਾਲਜ ਵਿੱਚ ਜਾ ਕੇ ਉੱਥੇ ਉਚੇਰੀ ਵਿੱਦਿਆ ਉਹਨਾਂ ਨੇ ਹਾਸਲ ਕੀਤੀ, ਜਿੱਥੇ ਉਹ ਕੁਝ ਮਹੀਨੇ ਪਟਵਾਰੀ ਦੀ ਨੌਕਰੀ ਵੀ ਉਹਨਾਂ ਨੂੰ ਪ੍ਰਾਪਤ ਹੋਈ, ਪਰ ਉਹਨਾਂ ਨੇ ਆਪਣਾ ਜਿਹੜਾ ਮਨ ਹੈ, ਆਪਣਾ ਧਿਆਨ ਮਾਇਆ ਵਾਲੇ ਪਾਸੇ ਨਹੀਂ ਬਹੁਤਾ ਲੱਗਣ ਦਿੱਤਾ। ਸੋਚਿਆ ਇਹ ਜਨਮ ਮਨੁੱਖਾ ਮਿਲਿਆ ਹੈ, ਕਿਉਂ ਨਾ ਧੁਰ ਕੇ ਬਾਣੀ ਦੀ ਕਥਾ ਕਰਕੇ, ਪੰਥ ਦੀ ਸੇਵਾ ਕਰਕੇ, ਗੁਰੂ ਦੀ ਉਪਮਾ ਕਰਕੇ ਜੀਵਨ ਜਿਹੜਾ ਹੈ ਪੰਥ ਦੇ ਲੇਖੇ ਲਾਇਆ ਜਾਏ। ਅਤੇ ਜਿਵੇਂ ਜਿਵੇਂ ਫਿਰ ਉਹਨਾਂ ਨੂੰ ਸੇਵਾਵਾਂ ਅੱਗੇ ਮਿਲੀਆਂ ਨੇ, ਦਮਦਮੇ ਟਕਸਾਲ ਦੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਗਏ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੀ ਸੰਗਤ ਮਾਣੀ, ਫਿਰ ਜਦੋਂ ਉਹਨਾਂ ਨੂੰ ਟਕਸਾਲ ਦੇ ਮੁਖੀ ਦੀ ਸੇਵਾ 1969 ਈਸਵੀ ਦੇ ਵਿੱਚ ਪ੍ਰਾਪਤ ਹੋਈ ਅਤੇ ਫਿਰ 1977 ਈਸਵੀ ਤੱਕ ਤਕਰੀਬਨ 8 ਵਰੇ ਉਹਨਾਂ ਨੇ ਫਿਰ ਦਿਨ ਰਾਤ ਇੱਕ ਕਰਕੇ ਗੁਰਮਤ ਦਾ ਪ੍ਰਚਾਰ ਕੀਤਾ। 1975 ਦਾ ਸਮਾਂ ਆਇਆ, ਐਮਰਜੈਂਸੀ ਲੱਗੀ, 4 ਬੰਦੇ ਨਹੀਂ ਸੀ ਇੱਕ ਥਾਂ 'ਤੇ ਇਕੱਠੇ ਹੋਣ ਦਿੱਤੇ ਜਾਂਦੇ, ਮਹਾਂਪੁਰਸ਼ਾਂ ਨੇ ਫਿਰ ਅਗਵਾਈ ਕੀਤੀ, 37 ਨਗਰ ਕੀਰਤਨ ਜਿਹੜੇ ਉਹਨਾਂ ਨੇ ਫਿਰ ਪੰਜਾਬ ਦੀ ਧਰਤੀ ਉੱਤੇ ਕੀਤੇ। ਇੱਕ ਇੱਕ ਦਿਨ ਵਿੱਚ 100 ਕਿਲੋਮੀਟਰ ਪੈਂਡਾ ਉਹ ਤੈਅ ਕਰਿਆ ਕਰਦੇ ਸਨ ਅਤੇ ਉਹਨਾਂ ਨੇ ਗੁਰੂ ਡੰਮ ਦਾ ਖੰਡਨ ਕੀਤਾ। ਜਿਹੜੇ ਲੋਕ ਸ਼ਬਦ ਨਾਲੋਂ ਟੁੱਟ ਰਹੇ ਸਨ ਉਹਨਾਂ ਨੂੰ ਗੁਰਬਾਣੀ ਦੀ ਕਥਾ ਕਰਕੇ ਮੁੜ ਸ਼ਬਦ ਨਾਲ ਜੋੜਿਆ ਅਤੇ ਭਾਵੇਂ 300 ਸਾਲਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆਇਆ 1975 ਈਸਵੀ, ਉਹ ਦਿੱਲੀ ਦੀ ਧਰਤੀ 'ਤੇ ਰਾਮਲੀਲਾ ਗਰਾਊਂਡ 'ਤੇ ਭਾਵੇਂ ਸਾਰੇ ਦਿੱਲੀ ਦੇ ਲੋਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਣ ਵਾਲੇ ਸਿੱਖ, ਜਦੋਂ ਉਸ ਵਕਤ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਈ, ਸਾਰੇ ਦਿੱਲੀ ਦੇ ਲੋਕ ਭਾਵੇਂ ਉਹਦੇ ਸਤਿਕਾਰ ਵਿੱਚ ਉੱਠ ਕੇ ਖੜ੍ਹੇ ਹੋ ਗਏ, ਪਰ ਜਿਹੜੇ ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰਬਾਣੀ ਵਸੀ ਹੋਈ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹ ਨਹੀਂ ਉੱਠ ਕੇ ਖੜ੍ਹੇ ਹੋਏ, ਉਹ ਆਪਣੇ ਵੱਡੇ ਸਤਿਗੁਰੂ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਰੱਬ ਸਤਿਗੁਰੂ ਦੇ ਸਤਿਕਾਰ ਵਿੱਚ ਚੌਂਕੜੇ ਲਗਾ ਕੇ ਬੈਠੇ ਰਹੇ। ਫਿਰ ਜਦੋਂ ਉਹਨਾਂ ਦਾ ਸਟੇਜ ਉੱਤੇ ਬੋਲਣ ਦਾ ਵਕਤ ਆਇਆ, ਸਮਾਂ ਆਇਆ ਅਤੇ ਉਹਨਾਂ ਨੇ ਫਿਰ ਜਿਹੜੇ ਬੀਬੀ ਇੰਦਰਾ ਦੇ ਸਤਿਕਾਰ ਵਿੱਚ ਉੱਠ ਕੇ ਖੜ੍ਹੇ ਹੋਏ ਸਨ, ਉਹਨਾਂ ਲੋਕਾਂ ਨੂੰ ਹਲੂਣਿਆ, ਜਗਾਇਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਦੀਨ ਦੁਨੀਆਂ ਦਾ ਮਾਲੀ, ਦੀਨ ਦੁਨੀਆਂ ਦਾ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਖਤ 'ਤੇ ਬਿਰਾਜਮਾਨ ਹੋਵੇ ਅਤੇ ਗੁਰੂ ਕੀ ਸੰਗਤ, ਤੁਸੀਂ ਕਿਸੇ ਦੇਹ ਦੇ ਸਤਿਕਾਰ ਵਿੱਚ ਉੱਠ ਕੇ ਸਾਰੇ ਖੜ੍ਹੇ ਹੋ ਜਾਓ ਅਤੇ ਗੁਰੂ ਦਾ ਸਤਿਕਾਰ ਸਾਨੂੰ ਚੇਤਾ ਭੁੱਲ ਜਾਏ। ਗਰੀਬ ਨਵਾਜ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਇੱਦਾਂ ਕਰਨਾ ਬਿਲਕੁਲ ਸਿੱਖ ਨੂੰ ਆਗਾ ਨਹੀਂ ਦਿੰਦਾ। ਬੀਬੀ ਇੰਦਰਾ ਨੂੰ ਵੀ ਸੰਬੋਧਨ ਹੋ ਕੇ ਮਹਾਂਪੁਰਸ਼ਾਂ ਨੇ ਆਖਿਆ, ਜਿੰਨੇ ਸਰੀਰ ਉੱਤੇ ਰੋਮ ਨੇ ਉਨੀ ਵਾਰ ਇਸ ਸੰਸਾਰ ਉੱਤੇ ਆਓ ਅਤੇ ਗੁਰੂ ਗ੍ਰੰਥ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਕਰਾਨਾ ਕਰੋ, ਧੰਨਵਾਦ ਕਰੋ, ਤਾਂ ਵੀ ਸਤਿਗੁਰਾਂ ਦਾ ਤੁਸੀਂ ਦੇਣ ਨਹੀਂ ਦੇ ਸਕਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ, ਅਤੇ ਸ਼ਾਇਦ ਜਿਹੜੀ ਜਗ੍ਹਾ 'ਤੇ ਤੁਸੀਂ ਬੈਠੇ ਹੋ ਇੱਥੇ ਫਿਰ ਕੋਈ ਸੁੰਨਤ ਵਾਲਾ ਬੈਠਾ ਹੁੰਦਾ, ਇੱਥੇ ਕੋਈ ਹੋਰ ਬੈਠਾ ਹੁੰਦਾ, ਤੁਹਾਡੇ ਮੰਦਰ ਸ਼ਵਾਲੇ ਕਾਇਮ ਨਾ ਆਉਂਦੇ, ਤੁਹਾਡੇ ਟਿੱਕੇ 'ਤੇ ਜਨੇਊ ਕਦੇ ਸਲਾਮਤ ਨਾ ਰਹਿੰਦੇ, ਅਗਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕੁਰਬਾਨੀ ਨਾ ਦਿੰਦੇ। ਮਹਾਂਪੁਰਸ਼ਾਂ ਨੇ ਦਿੱਲੀ ਦੀ ਧਰਤੀ 'ਤੇ ਸਰਕਾਰ ਦੀ ਅੱਖ ਵਿੱਚ ਅੱਖ ਪਾ ਕੇ ਸੱਚਾਈ ਪਰੇ ਖਰੇ ਬੋਲ ਇੱਦਾਂ ਕਹੇ ਕਿ ਦਮਦਮੀ ਟਕਸਾਲ ਅਤੇ ਦਮਦਮੀ ਟਕਸਾਲ ਦੇ ਮੁਖੀ ਉਸ ਵਕਤ ਤੋਂ ਸਰਕਾਰ ਦੀਆਂ ਅੱਖਾਂ ਦੇ ਵਿੱਚ ਚੁੱਭਣ ਲੱਗ ਪਏ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ, ਧੁਰ ਕੇ ਬਾਣੀ ਦਾ ਅਤੇ ਪੰਥ ਦਾ ਲੱਕ ਬੰਨ੍ਹ ਕੇ ਉਹਨਾਂ ਨੇ ਪ੍ਰਚਾਰ ਕੀਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ। ਇਸ ਲਈ ਮਹਾਨ ਉਹਨਾਂ ਮਹਾਂਪੁਰਖਾਂ ਦੀਆਂ ਸੇਵਾਵਾਂ ਨੇ, ਬੜਾ ਵੱਡਾ ਪੰਥ ਦੇ ਵਿੱਚ ਯੋਗਦਾਨ ਹੈ, ਚੌਂਕੜੇ ਲਗਾ ਕੇ, ਗੱਦੀਆਂ ਲਗਾ ਕੇ, ਮੱਥੇ ਨਹੀਂ ਟਿਕਾਏ ਉਹਨਾਂ ਮਹਾਂਪੁਰਸ਼ਾਂ ਨੇ, ਕਦੇ ਉਹ ਆਪਣੇ ਆਪ ਨੂੰ ਸੰਤ ਨਹੀਂ ਸਨ ਅਖਵਾਇਆ ਕਰਦੇ, ਕਦੇ ਉਹਨਾਂ ਨੇ ਇਹ ਨਹੀਂ ਕਹਿਣਾ ਸਾਡੇ ਕੋਈ ਆ ਕੇ ਕੋਈ ਗੋਡੀਆਂ ਹੱਥ ਲਾ ਕੇ, ਅੱਜ ਤਾਂ ਬਾਬੇ ਅੱਜ ਵੀ ਪੰਜਾਬ ਦੀ ਧਰਤੀ 'ਤੇ ਬੜੇ ਨੇ, ਗੱਦੀਆਂ ਲਾ ਕੇ ਬੈਠਦੇ ਨੇ, ਲੋਕ ਆਉਂਦੇ ਨੇ, ਗੋਡੀਆਂ ਹੱਥ ਲਾਉਂਦੇ ਨੇ, ਮੱਥੇ ਟੇਕੀ ਜਾਂਦੇ ਨੇ, ਬਾਬੇ ਚੁੱਪ ਚਾਪ ਮੱਥੇ ਟਿਕਾਉਂਦੇ ਨੇ,
ਪਰ ਕੇਵਲ ਦੇਹਧਾਰੀ ਹੋ ਸਕਦੇ ਨੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਪੜ੍ਹੋ ਉਹਨਾਂ ਮਹਾਂਪੁਰਖਾਂ ਦਾ ਜੀਵਨ ਆਪ ਵਿੱਚ ਹੋ ਸਕਦਾ। ਕਈ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ ਹੋਣ, ਇੰਟਰਨੈਟ ਉੱਤੇ ਵੀਡੀਓ ਉਹਨਾਂ ਦੀਆਂ ਮੌਜੂਦ ਨੇ, ਦਰਸ਼ਨ ਦਾਰੇ ਕਰ ਸਕਦੇ ਹੋ। ਫਤਿਹ ਨੂੰ ਬਹੁਤ ਹੀ ਪਹਿਲ ਦਿਆ ਕਰਦੇ ਸਨ, ਜੇ ਕੋਈ ਭੁਲੇਖੇ ਨਾਲ ਵੀ ਉਹਨਾਂ ਦੇ ਗੋਡੀਆਂ ਥਲਾਉਂਦਾ ਸੀ ਉਹਨੂੰ ਝਿੜਕ ਦਿਆ ਕਰਦੇ ਸਨ। ਨਹੀਂ, ਸਿੱਖਾ ਸਿਰ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਉਣਾ ਹੈ, ਸਾਡੀ ਤੁਹਾਡੀ ਸਾਂਝ ਕੇਵਲ ਅਤੇ ਕੇਵਲ ਫਤਿਹ ਦੀ ਹੈ। ਜਿਨ੍ਹਾਂ ਨੇ ਕੌਮ ਨੂੰ ਕੁਝ ਦੇਣਾ ਹੁੰਦਾ ਉਹ ਦਿਆਂ ਦੀ ਪੂਜਾ ਨਹੀਂ ਕਰਾਉਂਦੇ, ਅਤੇ ਜਿਨ੍ਹਾਂ ਨੇ ਆਪਣੇ ਟੱਬਰਾਂ ਦੀਆਂ ਨਿੱਜੀ ਪ੍ਰੋਪਰਟੀਆਂ ਬਣਾਉਣੀਆਂ ਹੋਣ ਉਹ ਬਾਬੇ ਚੌਂਕੜੇ ਲਗਾ ਕੇ ਗੱਦੀਆਂ ਲਾ ਕੇ ਬਹਿ ਜਾਂਦੇ ਨੇ ਅਤੇ ਦਿਆਂ ਦੀ ਪੂਜਾ ਕਰਾਉਂਦੇ ਨੇ ਲੋਕਾਂ ਨੂੰ, ਜਾਗਰੂਕ ਕਰਨ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਪਰ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪ ਜੀ ਜੁੜ ਬੈਠੇ ਹੋ ਜਿਨ੍ਹਾਂ ਵਿੱਚ ਅਤੇ ਵਾਹਿਗੁਰੂ ਵਿੱਚ ਸੱਚਮੁੱਚ ਕੋਈ ਅੰਤਰ ਨਹੀਂ ਰਿਹਾ। ਆਓ ਇਤਿਹਾਸ ਦੀਆਂ ਦੋ ਵਾਰਾਂ ਆਪ ਜੀ ਦੇ ਸਨਮੁੱਖ ਰੱਖਣੀਆਂ ਨੇ। ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬੇ ਕਮਾਲ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਅਤੇ ਉਹਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਇਆ। ਬਹਾਦਰ ਸ਼ਾਹ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ, ਮਹਾਰਾਜ ਤੁਹਾਡੀ ਕਿਰਪਾ ਨਾਲ, ਤੁਹਾਡੀ ਮਦਦ ਨਾਲ ਮੈਂ ਜੰਗ 'ਚੋਂ ਜਿੱਤਿਆ ਹਾਂ, ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹਾਂ। ਪਰ ਮਹਾਰਾਜ ਜਿਸ ਦਿਨ ਮੈਂ ਤਾਜਪੋਸ਼ੀ ਕਰਨੀ ਹੈ, ਮੇਰੀ ਤਮੰਨਾ ਹੈ ਮੇਰੀ ਤਾਜਪੋਸ਼ੀ ਤੁਸੀਂ ਕਰੋ, ਮੇਰੇ ਸਿਰ ਉੱਤੇ ਹਿੰਦੁਸਤਾਨ ਦਾ ਤਾਜ ਤੁਸੀਂ ਰੱਖੋ, ਇਹ ਮੇਰੀ ਦਿਲੀ ਭਾਵਨਾ ਹੈ, ਤੁਸੀਂ ਦਰਬਾਰ ਵਿੱਚ ਆ ਕੇ ਦਰਸ਼ਨ ਦਿਓ, ਮੇਰੀ ਤਾਜਪੋਸ਼ੀ ਤੁਸੀਂ ਕਰੋ। ਗਰੀਬ ਨਿਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਪਿਆਰ ਨੂੰ, ਸਨੇਹ ਨੂੰ ਮੁੱਖ ਰੱਖਦਿਆਂ ਹੋਇਆਂ ਪਹੁੰਚਦੇ ਨੇ ਆਗਰੇ ਦੀ ਧਰਤੀ ਉੱਤੇ। ਇਤਿਹਾਸ ਕਹਿੰਦਾ ਜੁਲਾਈ ਦਾ ਮਹੀਨਾ ਹੈ, ਸਤਿਗੁਰੂ ਪਾਤਸ਼ਾਹ ਤਕਰੀਬਨ 26-27 ਜੁਲਾਈ ਦਾ ਦਿਨ ਹੈ, ਸੰਨ ਹੈ 1707 ਈਸਵੀ। ਮਹਾਰਾਜ ਆਗਰੇ ਮੌਜੂਦ ਨੇ, ਬਾਦਸ਼ਾਹ ਦੇ ਦਰਬਾਰ ਤੋਂ 7.5 ਕਿਲੋਮੀਟਰ ਦੀ ਦੂਰੀ 'ਤੇ ਹਜ਼ੂਰ ਨੇ ਆਪਣਾ ਦਰਬਾਰ ਲਗਾਇਆ ਹੈ। ਬਾਦਸ਼ਾਹ ਦਾ ਵਜ਼ੀਰ ਗਿਆ, ਮਹਾਰਾਜ ਕੱਲ੍ਹ ਨੂੰ ਆ ਕੇ ਦਰਬਾਰ ਵਿੱਚ ਦਰਸ਼ਨ ਦਿਓ। ਸਤਿਗੁਰਾਂ ਨੇ ਆਖਿਆ ਕੱਲ੍ਹ ਨੂੰ ਨਹੀਂ, 2 ਅਗਸਤ ਦਾ ਦਿਨ ਨਿਯਤ ਕੀਤਾ ਜਾਏ, ਅਜੇ ਸੰਗਤਾਂ ਰਹੀਆਂ ਨੇ, 2 ਅਗਸਤ ਨੂੰ ਆ ਕੇ ਦਰਬਾਰ ਵਿੱਚ ਦਰਸ਼ਨ ਦਿਆਂਗੇ। ਇਤਿਹਾਸ ਕਹਿੰਦਾ ਕਿ 2 ਅਗਸਤ ਦਾ ਦਿਨ ਆਇਆ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਬਰ ਤਿਆਰ ਹੋਏ, ਨਾਲ ਸਿੰਘਾਂ ਦੇ ਜਥੇ ਨੂੰ ਲਿਆ ਅਤੇ ਕਲਗੀਧਰ ਪਾਤਸ਼ਾਹ ਪਹੁੰਚਦੇ ਨੇ ਬਾਦਸ਼ਾਹ ਦੇ ਦਰਬਾਰ ਦੇ ਨਜ਼ਦੀਕ। ਜਿਹੜਾ ਸ਼ਾਹੀ ਬੈਂਡ ਬਾਦਸ਼ਾਹ ਦੇ ਦਰਬਾਰ ਵਿੱਚ ਆਉਣ 'ਤੇ ਵਜਾਇਆ ਜਾਂਦਾ ਸੀ, ਅੱਜ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਉਣ 'ਤੇ ਵਜਾਇਆ ਜਾ ਰਿਹਾ ਕਿ ਨਰਸਿੰਘੇ ਵੱਜੇ, ਖੜਤਾਲਾਂ ਖੜਕੀਆਂ, ਸਾਜ਼ਾਂ ਦੀ ਗੂੰਜ ਪਈ। ਤਿੰਨਾਂ ਲੋਕਾਂ ਦੇ ਮਾਲਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਹੀ ਸਾਜ਼ਾਂ ਦੀ ਗੂੰਜ ਵਿੱਚ ਦਰਬਾਰ ਵੱਲ ਨੂੰ ਵੱਧਦੇ ਪਏ ਨੇ। ਜਦੋਂ ਬਾਦਸ਼ਾਹ ਦੇ ਮੇਨ ਦਰਵਾਜ਼ੇ 'ਤੇ, ਦਰਬਾਰ ਦੇ ਦਰਵਾਜ਼ੇ 'ਤੇ ਆਏ, ਸਤਿਗੁਰੂ ਪਾਤਸ਼ਾਹ ਨੇ ਪਰਵਾਹ ਨਹੀਂ ਕੀਤੀ, ਸਤਿਗੁਰੂ ਘੋੜੇ ਤੋਂ ਥੱਲੇ ਨਹੀਂ ਉਤਰੇ। ਸਤਿਗੁਰੂ ਬੇਪਰਵਾਹੀ ਦਾ ਸਬੂਤ ਦਿੰਦੇ ਆ, ਘੋੜੇ ਉੱਤੇ ਸਵਾਰ ਹੀ ਬਾਦਸ਼ਾਹ ਦੇ ਦਰਬਾਰ ਵਿੱਚ ਪ੍ਰਵੇਸ਼ ਹੋਏ ਨੇ। ਸਤਿਗੁਰਾਂ 'ਤੇ ਫੁੱਲਾਂ ਦੀ ਵਰਖਾ ਕੀਤੀ, ਕੇਸਰ ਦਾ ਛਿੜਕਾਅ ਕੀਤਾ, ਸਤਿਗੁਰਾਂ ਦੇ ਚਰਨਾਂ ਹੇਠ ਮਖਮਲੀ ਸੇਜਾਂ ਵਿਛਾਈਆਂ ਗਈਆਂ। ਜਿੰਨੇ ਲੋਕ ਉਸ ਦਰਬਾਰ ਵਿੱਚ ਖੜ੍ਹੇ ਨੇ ਚੁੱਕ ਚੁੱਕ ਕੇ ਸਜਦੇ 'ਤੇ ਸਲਾਮ ਕਰ ਰਹੇ ਨੇ। ਬਹਾਦਰ ਸ਼ਾਹ ਪੈਰਾਂ ਵਿੱਚੋਂ ਜੋੜਾ ਲਾ ਕੇ, ਇਹਨੇ ਆਪਣੇ ਹੱਥਾਂ ਦੇ ਵਿੱਚ ਤਾਜ ਲਿਆ, ਉਹ ਤਾਜ ਇੱਕ ਥਾਲ ਵਿੱਚ ਰੱਖਿਆ ਹੋਇਆ, ਉਸ ਥਾਲ ਉੱਤੇ ਰੇਸ਼ਮੀ ਰੁਮਾਲ ਪਾਇਆ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦੇ ਨਜ਼ਦੀਕ ਹੋਇਆ, ਗੋਡੇ ਜ਼ਮੀਨ 'ਤੇ ਲਾਏ, ਥਾਲ ਉੱਚਾ ਕੀਤਾ, ਹੇ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ, ਤੁਹਾਡੀ ਕਿਰਪਾ ਨਾਲ ਮੈਂ ਜੰਗ 'ਚੋਂ ਜਿੱਤਿਆ ਹਾਂ, ਆਹ ਹਿੰਦੁਸਤਾਨ ਦਾ ਤਾਜ ਵੀ ਤੁਸੀਂ ਆਪਣੇ ਕਰ ਕਮਲਾਂ ਨਾਲ ਮੇਰੇ ਸਿਰ ਉੱਤੇ ਰੱਖੋ। ਹਜ਼ੂਰ ਪਾਤਸ਼ਾਹ ਨੇ ਰੁਮਾਲ ਪਾਸੇ ਕੀਤਾ, ਥਾਲ ਵਿੱਚੋਂ ਹਿੰਦੁਸਤਾਨ ਦਾ ਤਾਜ ਚੁੱਕ ਕੇ ਬਹਾਦਰ ਸ਼ਾਹ ਦੇ ਸਿਰ ਉੱਤੇ ਰੱਖਿਆ, ਉਹਦੀਆਂ ਅੱਖਾਂ ਵਿੱਚ ਹੰਝੂ ਆਏ, ਸਤਿਗੁਰੂ ਪਾਤਸ਼ਾਹ ਜੀ ਦੇ ਰਕਾਬ ਦੇ ਸਮੇਤ ਚਰਨ ਫੜ ਲਏ ਅਤੇ ਚਰਨਾਂ 'ਤੇ ਸਿਰ ਧਰ ਕੇ ਆਖਿਆ, ਸਤਿਗੁਰੂ ਤੁਹਾਡੀ ਕਿਰਪਾ ਨਾਲ ਮੈਂ ਬਾਦਸ਼ਾਹ ਬਣਿਆ ਹਾਂ, ਰੋਮ ਰੋਮ ਤੋਂ ਸ਼ੁਕਰਾਨਾ ਹੈ, ਨਾਲੇ ਸਤਿਗੁਰਾਂ ਦਾ ਸ਼ੁਕਰਾਨਾ ਕਰ ਰਿਹਾ ਅਤੇ ਨਾਲੇ ਸਤਿਗੁਰੂ ਪਾਤਸ਼ਾਹ ਨੂੰ ਕੀਮਤੀ ਭੇਟਾਵਾਂ ਭੇਟ ਕਰਕੇ ਦਰਬਾਰ ਵਿੱਚ ਆਉਣ 'ਤੇ ਜੀ ਆਇਆਂ ਕਹਿ ਰਿਹਾ ਅਤੇ ਬਾਦਸ਼ਾਹ ਬਣਨ ਉੱਤੇ ਜਿਵੇਂ ਸ਼ੁਕਰਾਨੇ ਕਰ ਰਿਹਾ, ਸੁਣੀਏ ਜਰਾ ਢਾਡੀ ਜਥਾ ਇਉਂ ਦਿਨਾਂ ਕਰ ਰਿਹਾ। ਦਰਸ਼ਨ ਤੜਫੇ ਜਿੰਦ ਜੀ, ਮੇਰੇ ਹਜ਼ਰਤ ਗੁਰੂ ਗੋਬਿੰਦ ਜੀ, ਬਿਨ ਦਰਸ਼ਨ ਤੜਫੇ ਜਿੰਦ ਜੀ, ਕਰ ਰਹਿਮਤ ਫੇਰਾ ਪਾਇਆ, ਮਨ ਅਰਜ ਨਿਮਾਣੇ ਦਾਸ ਦੀ ਤੁਸੀਂ ਹਿੰਦ ਦਾ ਰਾਜ ਦਿਵਾਇਆ, ਮਨ ਅਰਜ ਨਿਮਾਣੇ ਦਾਸ ਦੀ ਤੁਸੀਂ ਹਿੰਦ ਦਾ ਰਾਜ ਦਿਵਾਇਆ,
ਮੇਰੇ ਹਜ਼ਰਤ ਗੁਰੂ ਗੋਬਿੰਦ ਜੀ। ਪੂਰੀ ਕੀਤੀ ਗਰਜ ਹੈ ਚਰਨਾਂ ਦੇ ਵਿੱਚ ਡਿੱਗਿਆ ਦੁੱਖ ਸੀਨੇ ਨਾਲ ਲਗਾਇਆ ਅਰਜ ਨਿਮਾਣੇ ਦਾਸ ਦੀ ਤੁਸੀਂ ਹਿੰਦ ਦਾ ਰਾਜ ਦਿਵਾਇਆ ਮਨ ਅਰਜ ਨਿਮਾਣੇ ਦਾਸ ਦੀ ਤੁਸੀਂ ਹਿੰਦ ਦਾ ਰਾਜ ਦਿਵਾਇਆ ਮੇਰੇ ਹਜ਼ਰਤ ਗੁਰੂ ਗੋਬਿੰਦ ਜੀ। ਛਤਰ ਜਿਹੜੇ
ਛਤਰ ਧਾਰੀਆਂ ਦੇ ਸਿਰ ਦੇ ਛਤਰ ਜਿਹੜੇ ਸਹਿਬਾ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਕਰੋ ਮਨਜ਼ੂਰ ਜੀ ਸਾਰੇ ਜੱਗ ਦੇ ਨੂਰ ਜੀ ਅਰਜ ਕਰੋ ਮਨਜ਼ੂਰ ਜੀ ਤੁਸੀਂ ਸਾਰੇ ਜੱਗ ਦੇ ਨੂਰ ਜੀ ਇਸ ਦੁਸ਼ਟ ਚੌਂਕੜੀ ਵਾਲਾ ਪਲ ਦੇ ਵਿੱਚ ਸਫਾਇਆ ਅਰਜ ਨਿਮਾਣੇ ਦਾਸ ਦੀ ਤੁਸੀਂ ਹਿੰਦ ਦਾ ਰਾਜ ਦਿਵਾਇਆ ਅਰਜ ਨਿਮਾਣੇ ਦਾਸ ਦੀ ਤੁਸੀਂ ਹਿੰਦ ਦਾ ਰਾਜ ਦਿਵਾਇਆ ਗੁਰੂ ਜੀ ਤੁਸੀਂ ਹਿੰਦ ਦਾ ਰਾਜ ਦਿਵਾਇਆ ਗੁਰੂ ਜੀ ਤੁਸੀਂ ਹਿੰਦ ਦਾ ਰਾਜ ਦਿਵਾਇਆ ਗੁਰੂ ਜੀ ਤੁਸੀਂ ਹਿੰਦ ਦਾ ਰਾਜ ਦਿਵਾਇਆ ਸਤਿਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਖੈਰ ਤਕਰੀਬਨ 5 ਕੁ ਮਿੰਟ ਸਮਾਂ ਬਾਕੀ ਹੈ ਅਗਲੀ ਵਾਰ ਕਹਿ ਕੇ ਜਥੇ ਨੇ ਖੇਮਾ ਦੇ ਜਾਚਕ ਹੋ ਜਾਣਾ ਹੈ ਸਤਿਗੁਰਾਂ ਨੂੰ ਕਲਗੀ ਪੇਟਾ ਕੀਤੀ ਕੈਂਠਾ ਪੇਟ ਕੀਤਾ ਝੰਡਾ ਨਗਾਰਾ ਪੇਟ ਕੀਤਾ ਇੱਕ ਤੁਖ ਤੁਖੀ ਪੇਟ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੂੰ ਪੁਸ਼ਾਕਾ ਪੇਟ ਕੀਤਾ 500 ਸੋਨੇ ਦੀਆਂ ਅਸ਼ਰਫੀਆਂ ਪੇਟਾਂ ਕੀਤੀਆਂ ਗਰੀਬ ਨਵਾਜ ਪਾਤਸ਼ਾਹ ਨੂੰ ਇੱਕ ਸੈਫ ਪੇਟਾ ਕੀਤੀ ਹਜ਼ਰਤ ਮੁਹੰਮਦ ਸਾਹਿਬ ਦਾ ਜਿਹੜਾ ਸ਼ਸਤਰ ਸੀ ਜਦੋਂ ਔਰੰਗਜ਼ੇਬ ਮੱਕੇ ਦਾ ਹੱਜ ਕਰਨ ਵਾਸਤੇ ਗਿਆ ਉੱਥੋਂ ਦੇ ਮੁਖੀ ਨੇ ਉਹ ਜਿਹੜਾ ਸ਼ਸਤਰ ਹੈ ਔਰੰਗਜ਼ੇਬ ਨੂੰ ਦਿੱਤਾ ਹੈ ਉਹ ਸ਼ਸਤਰ ਉਦੋਂ ਦਾ ਆਗਰੇ ਵਿੱਚ ਸੀ ਬਹਾਦਰ ਸ਼ਾਹ ਨੇ ਉਹ ਸ਼ਸਤਰ ਵੀ ਮਹਾਰਾਜ ਨੂੰ ਪੇਟਾ ਕੀਤਾ ਮਹਾਰਾਜ ਇਹ ਫਕੀਰਾਂ ਦਾ ਸ਼ਸਤਰ ਹੈ ਅਸੀਂ ਤਾਂ ਸਿਆਸਤਦਾਨ ਨਿੱਤ ਝੂਠ ਫਰੇਬ ਤੋਲਦੇ ਹਾਂ ਇਸ ਲਈ ਇਹ ਆਪ ਜੀ ਨੂੰ ਮੈਂ ਪੇਟਾ ਕਰਦਾ ਹਾਂ ਇਹ ਫਕੀਰਾਂ ਦਾ ਸ਼ਸਤਰ ਆਪ ਜੀ ਦੇ ਕੋਲ ਹੀ ਸੋਭਦ ਹੈ ਉਹ ਸਾਹਿਬ ਅੱਜ ਆਪ ਜੀ ਕਦੀ ਅਨੰਦਪੁਰ ਸਾਹਿਬ ਤਖਤ ਸਾਹਿਬ ਜਾਓ ਸ਼੍ਰੀ ਕੇਸਗੜ੍ਹ ਸਾਹਿਬ ਉੱਥੇ ਸੁਸ਼ੋਭਿਤ ਹੈ ਮਹਾਰਾਜ ਜੀ ਦਾ ਬੜਾ ਅਦਬ ਅਤੇ ਸਤਿਕਾਰ ਕੀਤਾ ਬਹਾਦਰ ਸ਼ਾਹ ਨੇ ਜ਼ਰੂਰੀ ਨਹੀਂ ਸੀ ਇਹ ਸਤਿਕਾਰ ਸਾਰਿਆਂ ਨੂੰ ਚੰਗਾ ਲੱਗਦਾ ਇੱਕ ਬੁੱਢਾ ਕਾਜੀ ਉੱਥੇ ਬੈਠਾ ਹੈ ਉਮਰ ਵਡੇਰੀ ਹੈ ਸਤਿਕਾਰ ਹਜ਼ਮ ਨਾ ਹੋਇਆ ਆਖਿਆ ਮੁਗਲਾਂ ਦਾ ਦਰਬਾਰ ਹੋਵੇ ਮੁਸਲਮਾਨ ਹੋਵੇ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਹੋਵੇ ਅਤੇ ਹਿੰਦ ਦੇ ਪੀਰ ਦੇ ਚਰਨਾਂ 'ਤੇ ਮੱਥੇ ਟੇਕੀ ਜਾ ਰਿਹਾ ਹੈ 40-42 ਸਾਲ ਦੀ ਗੁਰੂ ਦੀ ਉਮਰ ਨਾ ਕੋਈ ਤਪ ਨਾ ਕੋਈ ਤਪੱਸਿਆ ਨਾ ਕੋਈ ਤਾਲੀਮ ਨਾ ਕੋਈ ਦੌਰ ਅੰਦੇਸ਼ੀ ਨਾ ਕੋਈ ਜ਼ਿੰਦਗੀ ਦਾ ਤਜ਼ਰਬਾ ਅਤੇ ਸਾਡੀ 65-70 ਸਾਲ ਦੀ ਉਮਰ ਸਾਡੀ ਪੁੱਛ ਕੋਈ ਨਹੀਂ ਗੁਰੂ ਦੀ ਖੇਠੀ ਕਰਨੀ ਚਾਹੀਦੀ ਹੈ ਸਾਧ ਸੰਗਤ ਜਿਹੜਾ ਬੰਦਾ ਇੱਦਾਂ ਦੀ ਭਾਵਨਾ ਰੱਖਦਾ ਹੋਵੇ ਮੈਂ ਕਿਸੇ ਦੀ ਖੇਠੀ ਕਰਨੀ ਹੈ ਮਹਾਰਾਜ ਨੇ ਇਹ ਬਾਣੀ ਵਿੱਚ ਬਚਨ ਕੀਤਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਜਿਸ ਮਨੁੱਖ ਦੇ ਹਿਰਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਹੈ ਸਤਿਗੁਰਾਂ ਨੇ ਕਿਹਾ ਭਲਾ ਨਹੀਂ ਹੋ ਸਕਦਾ ਇਹ ਬੁੱਢਾ ਕਾਜੀ ਅਪਮਾਨ ਦੀ ਭਾਵਨਾ ਨਾਲ ਅੱਗੇ ਵੱਧਦਾ ਅਤੇ ਮਹਾਰਾਜ ਦੇ ਸਾਹਮਣੇ ਗੱਲ ਰੱਖਦਾ ਮਹਾਰਾਜ ਕਰਾਮਾਤ ਦਿਖਾਓ ਮਹਾਰਾਜ ਨੇ ਕਿਹਾ ਕਰਾਮਾਤ ਤੇ ਕਹਿਰ ਦਾ ਨਾਮ ਹੈ ਰੱਬ ਦੇ ਪਿਆਰੇ ਕਰਾਮਾਤ ਨਹੀਂ ਵਿਖਾਉਂਦੇ ਨਾ ਇਹਨਾਂ ਵਿੱਚ ਯਕੀਨ ਰੱਖਦੇ ਨੇ ਰੱਬ ਦੇ ਪਿਆਰੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਤੇ ਰਜਾ ਵਿੱਚ ਰਹਿੰਦੇ ਨੇ ਹੁਕਮ ਵਿੱਚ ਚੱਲਦੇ ਨੇ ਨਹੀਂ ਮਹਾਰਾਜ ਕਰਾਮਾਤ ਮਹਾਰਾਜ ਨੇ ਕਿਹਾ ਇੰਨਾ ਵੱਡਾ ਅਸਮਾਨ ਬਿਨਾਂ ਥੰਮਾਂ ਤੋਂ ਖੜਾ ਹੈ ਇਦੋਂ ਵੱਡੀ ਕਰਾਮਾਤ ਹੋਰ ਕਿਹੜੀ ਮਹਾਰਾਜ ਨਹੀਂ ਕੋਈ ਆਪਣੀ ਕਰਾਮਾਤ ਮਹਾਰਾਜ ਨੇ ਕਿਹਾ ਪਾਣੀ ਉੱਤੇ ਧਰਤੀ ਰੱਬ ਨੇ ਖੜੀ ਕੀਤੀ ਹੈ ਇਦੋਂ ਵੱਡੀ ਕਰਾਮਾਤ ਕਿਹੜੀ ਮਹਾਰਾਜ ਨੇ ਕੋਈ ਆਪਣੀ ਕਰਾਮਾਤ ਸਤਿਗੁਰਾਂ ਨੇ ਕਿਹਾ ਬਹਾਦਰ ਸ਼ਾਹ ਜਿਹੜਾ ਕੱਲ੍ਹ ਪੈਰਾਂ ਵਿੱਚ ਰੁਲਦਾ ਸੀ ਅੱਜ ਤਖਤ 'ਤੇ ਬਿਠਾ ਦਿੱਤਾ ਹੈ ਇਹ ਵੀ ਇਹ ਕਰਾਮਾਤ ਨਹੀਂ ਅਤੇ ਹੋਰ ਕੀ ਜਿਹਨੂੰ ਚਾਹ ਕੇ ਬਖਸ਼ਦਾ ਹੈ ਜਿਹਨੂੰ ਚਾਹ ਕੇ ਫਾਹੇ ਟੰਗਦਾ ਹੈ ਮਹਾਰਾਜ ਨੇ ਕਿਹਾ ਕਰਾਮਾਤ ਨਹੀਂ ਅਤੇ ਹੋਰ ਕੀ ਨਹੀਂ ਮਹਾਰਾਜ ਬੇਗੁਣਾ ਨੂੰ ਕਤਲ ਕਰਨਾ ਗੁਣਾਹਗਾਰ ਨੂੰ ਬਖਸ਼ਣਾ ਹਕੂਮਤ ਦਾ ਨਸ਼ਾ ਹੋ ਸਕਦਾ ਕਰਾਮਾਤ ਨਹੀਂ ਕੋਈ ਕਰਾਮਾਤ ਵਿਖਾਓ ਮਹਾਰਾਜ ਨੇ ਮੋਹਰੇ ਦੇ ਸਾਹਮਣੇ ਸੁੱਟੀ ਆਖਿਆ ਮਾਇਆ ਕਰਾਮਾਤ ਹੈ ਕਾਜੀ ਜੀ ਇਸ ਮਾਇਆ ਵਿੱਚ ਕਰਾਮਾਤ ਹੈ ਸੱਚ ਬੋਲਣ ਵਾਲਿਆਂ ਦੇ ਰਾਹ ਵਿੱਚ ਜਦੋਂ ਜਾਂਦੀ ਹੈ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਨੇ ਬੜੇ ਬੜੇ ਲੋਕ ਇਸ ਮਾਇਆ ਨਾਲ ਖਰੀਦੇ ਜਾਂਦੇ ਨੇ ਮਾਇਆ ਨਾਲ ਕੀ ਹੁੰਦਾ ਮਾਇਆ ਨਾਲ ਸਿਆਸਤ ਤਾਂ ਖਰੀਦੀ ਜਾਂਦੀ ਹੈ ਦਿਨੇ ਲੋਕਾਂ ਨੇ ਕਿਸੇ ਨੂੰ ਵੋਟ ਪਾਉਣ ਦਾ ਵਾਅਦਾ ਕੀਤਾ ਹੁੰਦਾ ਜਦੋਂ ਰਾਤ ਨੂੰ ਲੋਕ ਘਰਾਂ 'ਚ ਜਾ ਕੇ ਪੈਸਾ ਵੰਡਦੇ ਨੇ ਵੰਡ ਦਿੰਦੇ ਨੇ ਦਿਨੇ ਵੋਟ ਕਿਸੇ ਹੋਰ ਨੂੰ ਪਾ ਦਿੰਦੇ ਨੇ ਮਹਾਰਾਜ ਨੇ ਕਿਹਾ ਮਾਇਆ ਨਾਲ ਲੋਕ ਗਵਾਹੀਆਂ ਬਦਲ ਦਿੰਦੇ ਨੇ ਝੂਠੀਆਂ ਗਵਾਹੀਆਂ ਤੱਕ ਦੇ ਦਿੰਦੇ ਨੇ ਮਾਇਆ ਗੁਜਰਾਨ ਹੈ ਮਾਇਆ ਨਾਲ ਸੰਸਾਰ ਦੇ ਬਹੁਤੇ ਕਾਰਜ ਚੱਲਦੇ ਨੇ ਆਖਾਂ ਨਹੀਂ ਮਹਾਰਾਜ ਮਾਇਆ ਵੀ ਰੱਬ ਦੀ ਪੈਦਾ ਕੀਤੀ ਹੈ ਕੋਈ ਆਪਣੀ ਕਰਾਮਾਤ ਵਿਖਾਓ ਮਹਾਰਾਜ ਕਰਾਮਾਤ ਵਿਖਾਉਂਦੇ ਗੁਰੂ ਅਰਜਨ ਦੇਵ ਸਾਹਿਬ ਤੱਤੀ ਤਵੀ 'ਤੇ ਸ਼ਹੀਦ ਨਾ ਆਉਣਾ ਪੈਂਦਾ ਕਰਾਮਾਤ ਵਿਖਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਂਕ ਉਹਨਾਂ ਨੂੰ ਕਤਲ ਨਾ ਕੀਤਾ ਜਾਂਦਾ ਜਦੋਂ ਇਹ ਵੱਡੇ ਗੁਰੂ ਸਾਹਿਬਾਨਾਂ ਦੀ ਪ੍ਰਥਾ ਏ ਇੱਦਾਂ ਕੁਝ ਬੋਲਣ ਲੱਗਾ ਇੱਕੋ ਗੱਲ ਉੱਤੇ ਅੜ ਗਿਆ ਵੀ ਕਰਾਮਾਤ ਹੀ ਵੇਖਣੀ ਹੈ
ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਪੱਥੇ ਵਿੱਚ ਪਏ ਹੋਏ ਤੀਰਾਂ ਨੇ ਗਿੱਟ ਗਿੱਟ ਚੀਪ ਕੱਢੀ, ਨਾਗਣੀ ਨੇ ਵਲ ਖਾਧੇ, ਹਜ਼ੂਰ ਪਾਤਸ਼ਾਹ ਜੀ ਦੇ ਗਾਤਰੇ ਪਏ ਹੋਏ ਖੰਡੇ ਨੇ ਅੰਗੜਾਈ ਲਈ, ਨੇਤਰ ਲਾਲ ਸੁਰਖ ਹੋਏ, ਸਤਿਗੁਰਾਂ ਨੇ ਆਪਣਾ ਹੱਥ ਧਰਿਆ ਕਿ ਸ਼੍ਰੀ ਸਾਹਿਬ ਦੇ ਮੁੱਠੇ ਤੇ ਸਰਰ ਕਰਦੀ ਖਿੱਚ ਕੇ ਮਿਆਨ ਦੇ ਵਿੱਚੋਂ ਤਲਵਾਰ ਲਹਿਰਾ ਕੇ ਹਵਾ ਵਿੱਚ ਤੇਗ, ਸਤਿਗੁਰੂ ਪਾਤਸ਼ਾਹ ਨੇ ਕਾਜੀ ਨੂੰ ਵੰਗਾਰ ਕੇ ਤੇਗ ਦੀ ਕਰਾਮਾਤ ਹੈ ਸੁਣਾਈ ਹੈ। ਲਿਸ਼ਕਦੀ ਸ਼੍ਰੀ ਸਾਹਿਬ ਵੇਖੀ ਮਹਾਰਾਜ ਨੇ ਕਿਹਾ ਕਾਜੀ ਕਰਾਮਾਤ ਵੇਖਣੀ ਹੈ ਤੇ ਜਰਾ ਸਾਹਮਣੇ ਆ, ਸਾਡੇ ਕੋਲ ਗੱਲਾਂ ਵਾਲੀਆਂ ਕਰਾਮਾਤਾਂ ਨਹੀਂ, ਜਿਉਂਦੀ ਜਾਗਦੀ ਕਰਾਮਾਤ ਆ ਤੇਗ ਹੈ, ਇਹ ਭਿਖਾਰੀਆਂ ਨੂੰ ਰਾਜੇ ਬਣਾ ਸਕਦੀ ਹੈ, ਰਾਜਿਆਂ ਨੂੰ ਭਿਖਾਰੀ ਬਣਾ ਸਕਦੀ ਹੈ, ਹੰਕਾਰੀਆਂ ਨੂੰ ਚੁੱਪ ਕਰਾ ਸਕਦੀ ਹੈ ਤੇ ਵੱਡੇ ਵੱਡੇ ਮਾਨੀਆਂ ਅਭਿਮਾਨੀਆਂ ਨੂੰ ਮਿੱਟੀ ਵਿੱਚ ਮਿਲਾਉਣਾ ਜਾਣਦੀ ਹੈ। ਲਿਸ਼ਕਦੀ ਸ਼੍ਰੀ ਸਾਹਿਬ ਵੇਖੀ ਚਰਨਾਂ 'ਤੇ ਡਿੱਗ ਪਿਆ, ਮਹਾਰਾਜ ਮੈਂ ਤੇ ਹੋਰ ਕਰਾਮਾਤਾਂ ਦੀ ਗੱਲ ਕਰਦਾ ਸੀ, ਤੁਸੀਂ ਤੇ ਮਹਾਰਾਜ ਅਸਲੀ ਕਰਾਮਾਤ ਕੱਢ ਲਈ। ਸਤਿਗੁਰੂ ਪਾਤਸ਼ਾਹ ਨੇ ਕਿਹਾ ਜਿਹੜੇ ਤੇਰੇ ਵਰਗੇ ਵਿਚਾਰਾਂ ਨਾਲ ਸ਼ਬਦਾਂ ਨਾਲ ਨਹੀਂ ਸਮਝਦੇ ਉਹਨਾਂ ਵਾਸਤੇ ਫੇਰੇ ਤੇਗ ਕਰਾਮਾਤ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਹਾਨੀ ਕਰਨ ਆਇਆ ਸੀ ਆਪਣੀ ਪੱਤ ਲੁਹਾ ਕੇ, ਆਪਣੀ ਜਗ੍ਹਾ 'ਤੇ ਜਾ ਬੈਠਾ, ਸਤਿਗੁਰਾਂ ਦੀ ਚਾਰ ਚੁਫੇਰੇ ਹਰ ਪਾਸੇ ਜੈ ਜੈਕਾਰ ਹੋਈ, ਇਦੋਂ ਅੱਗੇ ਵਿਚਾਰ ਇਦੋਂ ਅੱਗੇ ਪ੍ਰਕਰਨ ਫਿਰ ਕਦੀ ਸਮਾਂ ਬਣਿਆ ਆਪ ਸੰਗਤ ਦੇ ਨਾਲ ਸਾਂਝੇ ਕੀਤੇ ਜਾਣਗੇ। ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਦਰ 'ਤੇ ਚੁੱਕ ਕੇ ਹਿੰਦੁਸਤਾਨ ਦੀ ਬਾਦਸ਼ਾਹਤ ਮੰਗੀ, ਸਤਿਗੁਰਾਂ ਨੇ ਉਹ ਵੀ ਚੋਲੀ ਵਿੱਚ ਪਾ ਦਿੱਤੀ, ਪਰ ਅਗਰ ਬਚਨ ਤੋਂ ਫਿਰਿਆ ਤਾਂ ਮਹਾਰਾਜ ਨੇ ਬਰਾਬਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜ ਦਿੱਤਾ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਹਉ ਆਪਕ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰਮਤਿ ਸਮਾਗਮ ਦੇ ਸਮੂਹ ਪ੍ਰਬੰਧਕ ਜਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਜਿਤਨੀਆਂ ਵੀ ਜਥੇਬੰਦੀਆਂ, ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸਿੰਘ, ਸਿੱਖ ਟੂ ਇੰਸਪਾਇਰ ਵਾਲੇ ਸਿੰਘ, ਜਿੰਨੀਆਂ ਵੀ ਜਥੇਬੰਦੀਆਂ ਇਸ ਸਮਾਗਮ ਦਾ ਸਹਿਯੋਗ ਕਰ ਰਹੀਆਂ ਨੇ, ਸਮੂਹ ਸਿੰਘਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ ਕੇ, ਏਕਤਾ ਇਤਫਾਕ ਪਿਆਰ ਭਾਵਨਾ ਬਖਸ਼ ਕੇ ਆਪਣੇ ਦਰ ਕਰਦੀਆਂ ਸੇਵਾਵਾਂ
ਪੰਥ ਦੇ ਪ੍ਰਚਾਰ ਔਰ ਪਸਾਰ ਦੀਆਂ ਸੇਵਾਵਾਂ ਸਤਿਗੁਰੂ ਆਪਣੇ ਦਰੋਂ ਕਰੋ ਇਸੇ ਤਰ੍ਹਾਂ ਲੈਂਦੇ ਰਹਿਣ ਅਤੇ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਸੱਚਖੰਡ ਵਾਸੀ ਮਹਾਂਪੁਰਸ਼ ਉਹਨਾਂ ਮਹਾਂਪੁਰਸ਼ਾਂ ਤੋਂ ਵਰੋਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਭੋਲਾ ਸਿੰਘ ਸਾਹਿਬ ਜੀ ਉਹਨਾਂ ਮਹਾਂਪੁਰਸ਼ਾਂ ਦੇ ਪਿਆਰ ਭਰੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਉਹਨਾਂ ਦੀਆਂ ਅਸੀਸਾਂ ਦੇ ਪਾਤਰ ਸਨਮਾਨਯੋਗ ਮਹਾਂਪੁਰਸ਼ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਿੰਗਾਪੁਰ ਯੂਪੀ ਵਾਲੇ ਮਹਾਂਪੁਰਸ਼ ਆਪ ਸੰਗਤਾਂ ਦੇ ਦਰਮਿਆਨ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਨੇ ਪ੍ਰਬੰਧਕ ਜਨਾਂ ਵੱਲੋਂ ਦਾਸਰਿਆਂ ਦੇ ਜਥੇ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਨੂੰ ਜੀ ਆਇਆਂ ਆਓ ਉਹਨਾਂ ਪਾਸੋਂ ਆਪਾਂ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਉਹਨਾਂ ਦੇ ਅਮੋਲਕ ਬਚਨ ਸਤਿਗੁਰਾਂ ਦੀ ਬਾਣੀ ਵਿੱਚੋਂ ਆਪਾਂ ਸਰਵਣ ਕਰਨੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣੇ ਹਾਲ ਸਾ